ਫਾਇਦਾ ਉਹ ਕੰਮ ਦੇਗੀ ਹੁਣ ਡਰਮ ਚੱਲ ਗਿਆ ਮਸ਼ੀਨ ਦਾ ਅੱਛਾ ਠੀਕ ਹੈ ਆਪਾਂ ਇਹ 1-2 ਦੀ ਵਾਇਰ ਜੀ ਜੀ ਬਹੁਤ ਹੀ ਬਰੀਕ ਵਾਇਰ ਹੈ ਇਹਨੇ ਇਹਦੇ 'ਚ ਕਰੰਟ ਗੁਜ਼ਰਦੀ ਹੈ ਬਕਾਇਦਾ ਕਟਿੰਗ ਵਾਇਰ ਚੱਲੇਗਾ ਇਹ ਵਾਇਰ ਨਹੀਂ ਕੱਟਦੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹੂ ਮੈਂ ਹੂੰ ਫੈਜ਼ਾਨ ਔਰ ਆਪ ਦੇਖ ਰਹੇ ਬਟ ਵਿਲਾਗਸ जी व्यूवर्स, आज का व्लॉग हम स्टार्ट करते हैं और आज हम आए हुए हैं जी डेल्टा मेल्ट सर्जिकल्स में। आज हम उधर विज़िट कराएंगे आपको एक मशीन का, वायर कट सीएनसी मशीन कैसे काम करती है और उससे कैसे काम लिया जाता है, इसको कैसे ऑपरेट किया जाता है। आए इंशाल्लाह अल्हम्दुलिल्लाह, हम अभी चलते हैं नीचे वर्कशॉप में, उधर आपको हम दिखाते हैं कि ये वायर कट सीएनसी मशीन क्या है। अस्सलाम वालेकुम जी। वालेकुम सलाम। अली भाई की हाल चाल है? ठीक ठाक। ठीक ठाक ते सर, ए केडी मशीन जे? ए सीएनसी वायर कट मशीन। सीएनसी वायर कट ए ओदा नाम बकायदा लिखया था, ठीक है, कंपनी दा वे। ठीक है, ਮਾਸ਼ਾਅੱਲਾ ਬਾਬਾ, ਮਸ਼ੀਨ ਲੱਗਦੀ ਹੈ ਤੇ ਸਾਡੇ ਵਿਊਵਰ ਨੂੰ ਕੋਈ ਇਹਦੇ ਬਾਰੇ ਮਾਲੂਮਾਤ ਦਿਓ ਕਿਸ ਤਰ੍ਹਾਂ ਕੰਮ ਕਰਦੀ ਹੈ। ਜੀ ਬਿਲਕੁਲ, ਕਿਉਂ ਨਹੀਂ, ਕਿੱਥੋਂ ਸਟਾਰਟ ਕਰੀਏ? ਇਹਦਾ ਸਭ ਤੋਂ ਪਹਿਲਾਂ ਬੇਸਿਕ ਹੈ ਵੀ ਕਿ ਇਹ ਜਿਹੜਾ ਨਾ 2D ਮਸ਼ੀਨ ਹੈ, ਇਹਦੇ 2D ਡਰਾਇੰਗ ਲੋਡ ਹੁੰਦੀ ਹੈ। ਜੀ ਜੀ ਸਹੀ ਹੈ, ਜੋ ਅਸੀਂ ਡਰਾਇੰਗ ਬਣਾਉਣਾ ਚਾਹਵਾਂਗੇ, ਠੀਕ ਹੈ, ਪਹਿਲਾਂ ਅਸੀਂ ਇਹਨੂੰ ਕੰਪਿਊਟਰ 'ਤੇ ਬਣਾਉਂਦੇ ਹਾਂ, ਜੋ ਸਾਈਜ਼ ਐਕੋਰੇਟ ਸਾਨੂੰ ਚਾਹੀਦੇ ਨੇ ਸਾਰੇ ਮਾਮਲਾ, ਜੋ ਉਹ ਸਾਈਜ਼ ਐਕੋਰੇਟ ਦੇਣ ਤੋਂ ਬਾਅਦ ਅਸੀਂ ਇਹਨੂੰ ਮਸ਼ੀਨ 'ਤੇ ਲੋਡ ਕਰਨੇ ਹਾਂ। ਪਹਿਲਾਂ ਇੱਦਾਂ ਹੈ ਵੀ ਕਿ ਕੰਪਿਊਟਰ 'ਤੇ ਡਰਾਇੰਗ ਬਣਾਵਾਂਗੇ, ਫਿਰ ਅਸੀਂ USB 'ਤੇ ਕਨਵਰਟ ਕਰਕੇ ਅਸੀਂ ਮਸ਼ੀਨ ਨੂੰ ਦੇਵਾਂਗੇ, ਕਮਾਂਡ ਦਾਂਗੇ, ਠੀਕ ਹੈ। ਇਹ ਬਸ USB ਦੀ ਡਰਾਇੰਗ ਹੀ ਐਕਸੈਪਟ ਕਰਦੀ, ਠੀਕ ਹੈ। ਇਹ ਹੁਣ ਅਸੀਂ ਅਸੀਂ ਡਰਾਇੰਗ ਦਿੱਤੀ ਹੈ, ਅਸੀਂ ਹੁਣ ਇਹਨੂੰ ਬਕਾਇਦਾ ਇਹਦੇ ਵਿੱਚ ਅਸੀਂ ਕਟਿੰਗ ਕਰਨਾ ਚਾਹ ਰਹੇ ਹਾਂ, ਠੀਕ ਹੈ। ਇਹ ਹੁਣ ਅਸੀਂ ਜੋਬ ਮੁਕੰਮਲ ਤੌਰ 'ਤੇ ਬੰਨ ਦਿੱਤਾ, ਠੀਕ ਹੈ, ਇਹਨੂੰ ਅਸੀਂ ਬਕਾਇਦਾ ਹੁਣ ਜ਼ੀਰੋ ਕਰਾਂਗੇ, ਅਤੇ ਫਿਰ ਅਸੀਂ ਇਹਦਾ ਅਗਲਾ ਪ੍ਰੋਸੀਜਰ ਸ਼ੁਰੂ ਕਰਾਂਗੇ, ਇਹਦਾ ਫਾਈਨਲਾਈਜ਼ ਜੋ ਸਾਈਜ਼ ਹੋਣਗੇ ਉਹ ਫਾਈਨਲ ਸਾਈਜ਼ 'ਤੇ ਐਕੋਰੇਟ ਉਤਰੇ, ਠੀਕ ਹੈ। ਇਹਦੇ ਲਈ ਕੀ ਆਟੋਕੈਡ ਕੀ ਹੋਣਾ ਚਾਹੀਦਾ? ਇਹਦੇ 'ਚ ਆਟੋਕੈਡ, ਸਿੰਪਲ ਆਟੋਕੈਡ, ਜਿਹੜਾ 2D ਡਰਾਇੰਗ ਅਸੀਂ ਲੋਡ ਕਰ ਰਹੇ ਹਾਂ। ਜੀ ਜੀ ਠੀਕ ਹੈ, ਇਹਦੇ ਸਿੰਪਲ 2D ਡਰਾਇੰਗ ਹੀ ਚੱਲਦੀਆਂ ਨੇ, ਇਹਦੇ ਮਸੀਦ ਹੋਰ ਪਏ ਨਹੀਂ। ਇੱਕ ਤਾਂ ਇਹ ਵਿਜ਼ਿਟ ਕਰੋ ਤੁਸੀਂ, ਇਹ ਅਸੀਂ ਇਹ ਥਰੈਡ ਪਾਏ ਨੇ ਮਸ਼ੀਨ ਦੇ ਨਾਲ। ਜੀ ਜੀ ਠੀਕ ਹੈ, ਬਹੁਤ ਸਾਫ ਕੰਮ ਇਹਦਾ। ਜੀ ਬਿਲਕੁਲ, ਇਹ ਅਸੀਂ ਉੱਤੇ ਬਿਠਾਉਣਾ ਚਾਹ ਰਹੇ ਹਾਂ ਤੁਹਾਨੂੰ। ਕਰੰਟ ਆਨ ਕਰਨੀ ਹੈ, ਠੀਕ ਹੈ, ਕਰੰਟ ਆਨ ਹੋ ਗਈ, ਇਹ ਤੋਂ ਬਾਅਦ ਅਸੀਂ ਹੁਣ ਵੇਖਣਾ ਕਿ ਐਕੂਰੇਟ ਜ਼ੀਰੋ ਹੈ ਵੀ ਕਿ ਨਹੀਂ, ਜੋ ਅਸੀਂ ਇਹਦੇ ਕੋਲ ਕੰਮ ਲੈਣਾ ਬਕਾਇਦਾ ਉਹ ਕੰਮ ਦੇਗੀ, ਹੁਣ ਡਰਮ ਚੱਲ ਗਿਆ ਮਸ਼ੀਨ ਦਾ। ਅੱਛਾ ਠੀਕ ਹੈ, ਆਪਾਂ ਇਹ 1-2 ਦੀ ਵਾਇਰ। ਜੀ ਜੀ ਬਹੁਤ ਹੀ ਬਰੀਕ ਵਾਇਰ ਹੈ, ਇਹਨੇ ਇਹਦੇ 'ਚ ਕਰੰਟ ਗੁਜ਼ਰਦੀ ਹੈ, ਬਕਾਇਦਾ ਕਟਿੰਗ ਵਾਇਰ ਚੱਲੇਗਾ। ਇਹ ਵਾਇਰ ਨਹੀਂ ਕੱਟਦੀ, ਕਰੰਟ ਕੱਟਦੀ? ਹਾਂਜੀ, ਵਾਇਰ ਦੇ ਨਾਲ ਕਰੰਟ ਹੈ, ਠੀਕ ਹੈ, ਅਤੇ ਫਿਰ ਉਹਦੇ ਨਾਲ ਅਗਲਾ ਕੰਮ ਸ਼ੁਰੂ ਕਰੇਗੀ ਕਟਿੰਗ ਦਾ। ਜੋ ਅਸੀਂ ਬਣਿਆ ਲੇਕਿਨ ਜ਼ੀਰੋ ਨਹੀਂ ਹੈ, ਆਪਣੀ ਪੋਜੀਸ਼ਨ 'ਤੇ ਨਹੀਂ ਹੈ। ਅੱਛਾ, ਅਸੀਂ ਇਹਨੂੰ ਜ਼ੀਰੋ ਕਰਾਂਗੇ ਸਭ ਤੋਂ ਪਹਿਲਾਂ, ਇਹਦਾ ਦੇਖੋ ਇਹ ਕਰੰਟ ਕਿੱਥੋਂ ਨਿਕਲ ਰਹੀ ਹੈ, ਮੇਰਾ ਖਿਆਲ ਹੈ ਇਹ ਕਰੰਟ ਥੱਲੋਂ ਨਿਕਲਦੀ ਜੀ। ਅੱਛਾ, ਵਾਇਰ ਪੂਰੀ ਕਰੰਟ ਹੈ। ਤੁਸੀਂ ਵੇਖ ਰਹੇ ਹੋ ਕਿ ਅਸੀਂ ਜੋਬ ਬਣਿਆ ਸੀ ਪਹਿਲਾਂ, ਉਹ ਗੁਨੀਏ 'ਚ ਨਹੀਂ ਸੀ ਹੈ, ਹੁਣ ਬਕਾਇਦਾ ਅਸੀਂ ਇਹਨੂੰ ਐਕੂਰੇਟ ਜ਼ੀਰੋ ਕੀਤਾ, ਠੀਕ ਹੈ, ਜਿਸ ਤਰ੍ਹਾਂ ਹਾਂਜੀ ਪੂਰੇ ਜੋਬ ਦੇ ਉੱਤੇ ਕਰੰਟ ਗੁਜ਼ਰ ਰਹੀ ਹੈ, ਇਹਦਾ ਮਤਲਬ ਹੈ ਸਾਡਾ ਕਰੰਟ ਜ਼ੀਰੋ ਹੋ ਗਿਆ, ਠੀਕ ਹੈ। ਅਸੀਂ ਉਹਦੀ ਜ਼ੀਰੋ ਕਰਾਂਗੇ, ਅਸੀਂ ਹੋਰ ਪੋਜੀਸ਼ਨ ਮਤਲਬ ਜ਼ੀਰੋ ਕੀਤਾ, ਸੈਟਿੰਗ ਇੱਥੋਂ ਹੋਏਗੀ। ਹਾਂਜੀ ਦੇਖੋ, ਅਸੀਂ ਜ਼ੀਰੋ ਹੋ ਗਿਆ,
ਹੁਣ ਦੂਸਰੀ ਸਾਈਡ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜ਼ੀਰੋ ਐਕੂਰੇਟ ਹੋਏ, ਅਗਰ ਨਾ ਹੋਏਗਾ ਤਾਂ ਅਸੀਂ ਇਹਨੂੰ ਮਜ਼ੀਦ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉਹੀ ਜ਼ੀਰੋ ਪੁਆਇੰਟ ਲਿਆਵਾਂਗੇ ਜਿਹੜਾ ਅਸੀਂ ਸੈੱਟ ਕੀਤਾ ਸੀ। ਤੁਸੀਂ ਦੇਖੋਗੇ ਕਿ ਸਾਡਾ ਜ਼ੀਰੋ ਪੁਆਇੰਟ ਉਹੀ ਹੈ, ਸਾਡਾ ਜੋਬ ਐਸ ਐਲ ਜ਼ੀਰੋ ਹੋ ਗਿਆ, ਪੁਆਇੰਟ ਜ਼ੀਰੋ ਹੋ ਗਿਆ। ਠੀਕ ਹੈ, ਹੁਣ ਅਸੀਂ ਇਹਨੂੰ ਉਹ ਡਿਮੈਂਸ਼ਨ 'ਤੇ ਲਿਆਵਾਂਗੇ ਜਿਹੜੀ ਅਸੀਂ ਡਰਾਇੰਗ 'ਚ ਦਿੱਤੀ ਹੈ। ਅਸੀਂ ਇਹਨੂੰ ਮਸ਼ੀਨ ਨੂੰ ਰਨ ਕਰਵਾਉਣਾ ਹੈ, ਡਰਾਇੰਗ ਦੇ ਮੁਤਾਬਿਕ ਅਸੀਂ ਜੋਬ ਨੂੰ ਵੇਖ ਰਹੇ ਹਾਂ, ਇਹਨੂੰ ਸੈਂਟਰ ਕਰਾਂਗੇ। ਸੈਂਟਰ ਕਰਾਉਣ ਤੋਂ ਬਾਅਦ ਇਹਨੂੰ ਅਸੀਂ ਰਨ ਕਰਾਵਾਂਗੇ, ਫਿਰ ਬਕਾਇਦਾ ਦਾ ਜੋ ਅਗਲਾ ਪ੍ਰੋਸੀਜਰ ਹੈ ਉਹ ਹੈ ਕਟਿੰਗ ਦਾ। ਫਿਰ ਸਾਨੂੰ ਜੋ ਫਾਈਲ ਅਸੀਂ ਲੋਡ ਕੀਤੀ ਹੈ ਉਹਦੇ ਮੁਤਾਬਿਕ ਠੀਕ ਹੈ, ਉਹ ਤੁਸੀਂ ਰਿਜ਼ਲਟ ਦੇਵੋ। ਤੁਸੀਂ ਇਹ ਜਿਹੜੀ ਫਾਈਲ ਤੁਸੀਂ ਕੀਤੀ ਡਾਊਨਲੋਡ ਲਓ ਦਿੱਤੇ ਇਹਦੇ ਮੁਤਾਬਿਕ ਬਿਲਕੁਲ ਕੱਟਿਆ ਜਾਏਗਾ। ਠੀਕ ਹੈ, ਫਰੰਟ ਸਾਡਾ ਜ਼ੀਰੋ ਹੋ ਗਿਆ। ਠੀਕ ਹੈ, ਹੁਣ ਅਸੀਂ ਇਹਨੂੰ ਰੀਡਿੰਗ ਦੇਵਾਂਗੇ ਜਿਹੜੀ ਅਸੀਂ ਡਰਾਇੰਗ ਦਿੱਤੀ ਹੈ। ਠੀਕ ਹੈ, ਅਸੀਂ ਹੁਣ ਸਾਈਡ ਵਿਊ ਦੇਖਿਆ, ਸਾਈਡ ਵਿਊ ਤੋਂ ਅਸੀਂ ਟੱਚ ਕਰਵਾਵਾਂਗੇ, ਟੱਚ ਕਰਾਉਣ ਤੋਂ ਬਾਅਦ ਅਸੀਂ ਜ਼ੀਰੋ ਕਰਾਵਾਂਗੇ ਇੱਥੇ। ਠੀਕ ਹੈ, ਸਾਈਡ ਤੋਂ ਅਸੀਂ ਜ਼ੀਰੋ ਕਰਾਇਆ, ਸਾਡੀ ਰੀਡਿੰਗ ਹੁਣ ਅਸੀਂ ਮੂਵ ਕਰਨਾ ਜੋ ਡਰਾਇੰਗ ਦਿੱਤੀ ਹੈ ਅਸੀਂ ਮੂਵਮੈਂਟ ਨੂੰ ਕਰਾਂਗੇ। ਤੇ ਸਾਰਾ ਅਪਰੇਟ ਕਰਨ ਦੇ ਮਸਲਿਆਂ ਵਿੱਚ ਹਾਂਜੀ ਅਪਰੇਟਿੰਗ ਆਉਣੀ ਚਾਹੀਦੀ ਹੈ ਜੀ। ਬਿਲਕੁਲ, ਸਾਨੂੰ ਇਹਦਾ ਸੈਂਟਰ ਚਾਹੀਦਾ ਸੀ ਜੋਬ ਦਾ, ਅਸੀਂ ਉਹ ਸੈਂਟਰ ਕਰ ਲਿਆ, ਹੁਣ ਪਾਇਆ ਸਾਡੇ ਸੈਂਟਰ 'ਚ ਆ ਗਏ। ਜੋਬ ਐਸਨ ਸਾਡਾ ਬਿਲਕੁਲ ਜ਼ੀਰੋ ਹੋ ਗਿਆ। ਠੀਕ ਹੈ, ਅਸੀਂ ਫਲੈਟਾਂ ਜ਼ੀਰੋ ਕਰ ਦਾਂਗੇ। ਜ਼ੀਰੋ ਜ਼ੀਰੋ ਕਰਨ ਦਾ ਮਕਸਦ ਇਹ ਹੈ ਕਿ ਅਗਰ ਸਾਡੀ ਬਿਲਕੁਲ ਮੋਬਾਈਲ ਚੱਲਦੇ ਆ ਟੁੱਟ ਜਾਂਦੀ ਹੈ, ਠੀਕ ਹੈ, ਅਤੇ ਦੁਬਾਰਾ ਅਸੀਂ ਫਾਈਲ ਨੂੰ ਜ਼ੀਰੋ ਪੋਜੀਸ਼ਨ 'ਤੇ ਲਿਆ ਕੇ ਹੋਮ ਪੋਜੀਸ਼ਨ 'ਤੇ ਫਿਰ ਅਸੀਂ ਦੁਬਾਰਾ ਇਹਦੇ 'ਚ ਮੋਬਾਈਲ ਇੰਸਰਟ ਕਰਕੇ ਅਤੇ ਅਸੀਂ ਮਸ਼ੀਨ ਦੁਬਾਰਾ ਰਨਿੰਗ 'ਚ ਲੈ ਆਈਏ। ਮਤਲਬ ਸਾਡਾ ਜੋਬ ਖਰਾਬ ਨਾ ਹੋਏ, ਦੋਨੋਂ ਸਾਈਡਾਂ ਜ਼ੀਰੋ ਹੋ ਗਈਆਂ, ਐਕਸ ਵੀ ਤਾਂ ਵਾਏ ਟੂ ਐਕਸ ਮਸ਼ੀਨ ਸਾਡਾ ਪੁਆਇੰਟ ਦੇਖ ਰਹੇ ਹੋ, ਸਾਡੀ ਮਸ਼ੀਨ ਇੱਥੋਂ ਕਟਿੰਗ ਸ਼ੁਰੂ ਕਰੇਗੀ, ਬਕਾਇਦਾ ਤੋਂ ਸਾਰਾ ਵਾਇਆ ਪਾ ਕੇ ਐਂਡ ਤੱਕ ਜਾਏਗੀ। ਠੀਕ ਹੈ, ਹੁਣ ਅਸੀਂ ਰਨ ਕਰਦੇ ਹਾਂ। ਹਾਂਜੀ, ਹੁਣ ਤੁਸੀਂ ਵੇਖ ਰਹੇ ਹੋ ਕਿ ਕਟਾਈ ਸ਼ੁਰੂ ਕਰ ਦਿੱਤੀ। ਹਾਂਜੀ, ਥੋੜ੍ਹਾ ਜਿਹਾ ਸਪੀਡ ਬਸ ਸੰਭੂਲ ਘੱਟ ਛੱਡੀਏ ਤਾਂ ਕਿ ਸਾਡਾ ਜਿਹੜਾ ਕਟਿੰਗ ਦਾ ਪ੍ਰੋਸੈਸ ਸ਼ੁਰੂ ਹੋ ਜਾਵੇ ਪ੍ਰੋਸੈਸ। ਇਹ ਕਟਾਈ ਹੈ ਕਿਤੇ ਇਹਦੀ ਬਹੁਤ ਜ਼ਿਆਦਾ ਸਾਫ਼ ਹੈ, ਬਿਲਕੁਲ ਬਿਲਕੁਲ ਫਾਈਨ ਕਟਿੰਗ ਹੈ। ਹੁਣ ਦੇਖ ਰਹੇ ਹੋ ਤੁਸੀਂ ਆਪਣੀ ਪੋਜੀਸ਼ਨ 'ਤੇ ਆ ਕੇ ਕਟਿੰਗ ਸ਼ੁਰੂ ਕਰਨ ਲੱਗ ਪਈ ਹੈ। ਇਹ ਕਿਤੋਂ ਇਹ ਮਸ਼ੀਨ ਨੂੰ ਅਪਰੇਟ ਕਰਨਾ ਸਿੱਖਣਾ ਪੈਂਦਾ ਜਾਂ ਬਸ ਆਟੋਕੈਡ ਕੀਤਾ ਹੋਇਆ ਚੱਲ ਜਾਂਦਾ ਕੰਮ? ਨਹੀਂ, ਮਸ਼ੀਨ ਲੈਦਾ ਹੋਇਆ ਵੀ ਅਤੇ ਸੋਫਟਵੇਅਰ ਲੈਦਾ ਹੋਇਆ। ਦੇਖ ਰਹੇ ਹੋ ਕਿ ਕਟਿੰਗ ਦੇ ਨਾਲ ਨਾਲ ਸ਼ੁਰੂ ਕਰ ਦਿੱਤੀ, ਉਹਦੇ ਨਾਲ ਆਊਟਲਾਈਨ ਵੀ ਦਿੱਤੀ ਹੈ ਪਿੰਕ ਕਲਰ ਦਾ। ਜੀ ਜੋ ਅੱਗੇ ਜਾਏਗੀ ਕਟਿੰਗ ਹੁੰਦੀ ਜਾਏਗੀ ਮਸ਼ੀਨ ਦੀ, ਜਿਹੜਾ ਸਾਡਾ ਜੋਬ ਹੈ। ਹਾਂਜੀ, ਜੋ ਸਾਡਾ ਜੋਬ ਹੈ ਉਹਦੇ ਮੁਤਾਬਿਕ ਇਹ ਕਟਿੰਗ ਕਰਨਾ ਸ਼ੁਰੂ ਹੋ ਗਈ ਹੈ। ਇਹ ਨਾਲ ਐਸ ਐਨ ਦੱਸ ਰਿਹਾ ਐਕਸ ਐਕਸਿਸ ਕੰਮ ਕਰ ਰਿਹਾ ਦਾ, ਇਹਦੀ ਕਰੰਟ ਹੈ, ਇਹ ਸਾਡੀ ਸਪੀਡ ਹੈ, ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਐਕਸ ਵਾਈ ਜਿਹੜਾ ਸਾਡਾ ਕਿੰਨੀ ਸਪੀਡ ਨਾਲ ਕੰਮ ਕਰੇ। ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਨੋਰਮਲ ਸਪੀਡ 'ਤੇ ਰੱਖ ਕੇ ਸਾਡਾ ਜੋਬ ਵੀ ਜਲਦੀ ਕੰਪਲੀਟ ਹੋ ਜਾਏ, ਅਤੇ ਬਕਾਇਦਾ ਸਾਡੇ ਫਿਨਿਸ਼ਿੰਗ ਵੀ ਆਏ ਪੀਸਿਸ 'ਚ ਅਤੇ ਸਾਈਜ਼ ਵੀ ਐਕੋਰੇਟ ਆਣ।
ਜਾਂ ਵਾਇਰ ਕੀ ਹੈ ਫਿਰ ਟੁੱਟਣ ਕਿ ਨਹੀਂ ਕਿਉਂ ਟੁੱਟਦੀ ਵਾਇਰ ਜੇ ਟੁੱਟੇ ਤੇ ਰਾਹੀ ਟੁੱਟਦੀ ਤੇ ਪ੍ਰੋਬਲਮ ਨੇ ਕਦੀ ਇਹ ਬਰੀਕ ਵੀ ਹੋ ਜਾਂਦੀ ਹੈ ਵਾਇਰ ਚੱਲ ਚੱਲ ਕੇ ਹਾਂਜੀ ਇਹਦੇ ਵਿੱਚ ਅਮਾਊਂਟ ਵੀ ਲੱਗੇ ਨੇ ਅੱਛਾ ਜਿਹੜਾ ਬਕਾਇਦਾ ਤੁਹਾਨੂੰ ਦੱਸ ਦੂੰ ਅਮਾਊਂਟ ਲੱਗੇ ਨੇ ਠੀਕ ਹੈ ਉਹ ਅਮਾਊਂਟ ਤੁਸੀਂ ਦੇਖ ਰਹੇ ਹੋ ਅਮਾਊਂਟ ਲੱਗੇ ਨੇ ਉਹਦੇ 'ਚ ਵੀ ਵਾਇਰ ਫਸ ਗਿਆ वायर नवी की निकली होगी वायर तो तकरीबन कोई 6000 का जी डी सी कंपनी की मतलब एक वायर 6-7 हज़ार हाँ जी हाँ बकायदा बकायदा डेट डिटेल लिखी दी है 2000 मीटर है 0.18 की वायर है अभी थिकनेस जी है वाल वाल तो भी बरीक है बहुत ज़्यादा बरीक है जी क्या बात पूरी एक दफा ही लगती है नहीं जी है तकरीबन कोई 7-8 दफा लगेगी वायर लेकिन ये चाहे वे कि एक ड्रम असी फुल कर देंगे जो तुम देख रहे हो कि ड्रम साढ़े को अवेलेबल है वे तो उत्ते कितनी वायर चढ़ी हुई हाँ जी ए जिन्ना असी सिलेक्ट किया वायर जो मूव कर रही है एक बार ना चली जाती एक बार पिछा जी बिल्कुल तो अगर जो कोई बंदा सीखना चाहे तो किन्नी देर की सीख जाएगा ऑपरेटिंग तकरीबन 2 माह लग जाए लेकिन पहले ऑटो कैड चाहिए हाँ जी उस पहले ऑटो कैड सीखो कोई सॉफ्टवेयर डिजाइनिंग का जी जी ऑपरेटिंग ऑपरेटिंग बाद मशीन का जो पार्ट है ड्राइविंग ਤੇ ਕਿੰਨੀ ਕੁ ਕੀਮਤ ਜੇ ਇਸ ਹਾਲਤ ਦੇ ਵਿੱਚ ਇਹਦੇ ਤਕਰੀਬਨ 7.5 ਲੱਖ ਦੀ ਜਿਹੜੀ ਇਸ ਹਾਲਤ ਦੇ ਮਤਲਬ ਇੱਕ ਬੰਦਾ ਕੋਈ ਆਮ ਲੈ ਕੇ 8-10 ਲੱਖ ਰੁਪਈਆ ਲਾ ਕੇ ਸੈਟਵਰਕ ਸ਼ੁਰੂ ਕਰਦੇ ਤਾਂ ਕੋਈ ਰੋਜ਼ੀ ਲੱਭ ਜਾਏਗੀ ਉਹਨੂੰ ਵਿੱਚੋਂ ਬਿਲਕੁਲ ਜੀ ਕਿਉਂ ਤਾਂ ਮਤਲਬ ਇਹਨੂੰ ਇੱਕ ਮਸ਼ੀਨ ਤੁਸੀਂ ਲੈ ਲੈਂਦੇ ਹੋ 8 ਲੱਖ 7 ਲੱਖ 10 ਲੱਖ ਜੀ ਹਾਂ ਜਿੰਨੇ ਦੀ ਵੀ ਕੋਈ ਮੁਨਾਸਬ ਲੱਭ ਜਾਏ ਅਤੇ ਕਿੰਨਾ ਕੁ ਰੁਜ਼ਗਾਰ ਬੰਦਾ ਮਹੀਨੇ ਦਾ ਕਮਾ ਸਕਦਾ ਇਸ ਨੂੰ ਅੱਛਾ ਕੰਮ ਹੋਵੇ ਉਹ ਤੁਹਾਡੇ ਕੰਮ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਹਦੇ ਕੋਲ ਕਿੰਨੀ ਪ੍ਰੋਡਕਟ ਲੈਣਾ ਚਾਹ ਰਹੇ ਹੋ ਜਿੰਨੇ ਰਾਤ ਲਾਉਣਾ ਚਾਹ ਰਹੇ ਹੋ ਉਸ ਹਿਸਾਬ ਨਾਲ ਫਿਰ ਇਹਦਾ ਵਰਕਿੰਗ ਟਾਈਮ ਤੋਂ ਬਾਅਦ ਤੁਹਾਨੂੰ ਕੋਈ ਨਾ ਕੋਈ ਬੈਨੀਫਿਟ ਦੇਗੀ ਕਿਆ ਨਾ ਅਸਲ 'ਚ ਮੈਂ ਆਪਣੇ ਵਿਊਅਰ ਨੂੰ ਇਹ ਦੱਸਣਾ ਚਾਹੁੰਦਾ ਕਿ ਇੱਕ ਬਿਜ਼ਨਸ ਆਈਡੀਆ ਹੀ ਹੈ ਜੇ 8-10 ਲੱਖ ਰੁਪਇਆ ਲੱਗ ਜਾਏ ਤਾਂ ਮਤਲਬ ਮਹੀਨਾ ਕਿੰਨਾ ਕੁ ਆਮਦਨ ਹੋ ਸਕਦੀ ਹੈ ਕੋਈ 2-2.5 ਲੱਖ ਤਕਰੀਬਨ ਹਾਂ ਬਿਲਕੁਲ ਜੀ ਇਹਦੇ ਲੱਖ ਤੋਂ ਉੱਤੇ ਤੁਸੀਂ ਲੈ ਕੇ ਜਾ ਸਕਦੇ ਕਮਾਈ ਨਾਰਮਲ ਹਾਂਜੀ ਨਾਰਮਲ ਅਤੇ ਇਹ ਪੀਸ ਜਿਹੜੇ ਤੁਸੀਂ ਦਿਖਾਉਣ ਦੇ ਸੀ ਅੱਗੇ ਜੀ ਇਹ ਦਿਹਾੜੀ ਦੇ ਵਿੱਚ ਜੇ ਕੋਈ ਕਾਫੀ ਆਰਡਰ ਹੋਵੇ ਤਕਰੀਬਨ 1 ਘੰਟੇ ਦੇ ਵਿੱਚ ਇਹ ਜੋਬ ਹੋਇਆ ਅੱਜ ਦੇ ਮੁਕੰਮਲ ਹਾਂਜੀ ਦੇਖ ਰਹੇ ਹੋ 1 ਘੰਟੇ 'ਚ ਇਹ ਜਿਹੜਾ ਨਾ ਜੋਬ ਕੀਤਾ ਜੀ ਇਹ ਦੀ ਦੂਸਰੀ ਸਾਈਡ ਹੈ ਮੇਲ ਅਤੇ ਫੀਮੇਲ ਇਹ ਦੋਨੋਂ ਸਾਈਡਾਂ 'ਚ ਦੇਖੋ ਜੀ ਇਹ ਤੁਸੀਂ ਨਹੀਂ ਮਿਲ ਗਿਆ ਬਿਲਕੁਲ ਵੀ ਫਲਾ ਨਹੀਂ ਹੈ ਵਿੱਚ ਬਿਲਕੁਲ ਬਿਲਕੁਲ ਲਾਜਵਾਬ ਕਰਾਂਗੇ ਅਤੇ ਸਾਈਜ਼ ਵੀ ਐਕੋਰੇਟ ਨਹੀਂ ਆਉਂਦੇ ਹੁੰਦਾ ਨਾ ਕਿ ਇਹਦੇ ਸਾਈਜ਼ ਆਊਟ ਆਨ ਬਿਲਕੁਲ ਨਹੀਂ ਮਤਲਬ ਇੱਕ ਘੰਟੇ ਜੀ ਇਹ 2 ਪੀਸ ਬਣਾਏਗੀ ਇੱਕ ਤਾਂ ਇੱਕ ਪੀਸ ਹੈ ਇਹਦੇ 3-4 ਪ੍ਰੋਸੈਸ ਹਨ ਤਕਰੀਬਨ ਠੀਕ ਹੈ ਇਹ ਪਹਿਲਾਂ ਹਾਈਟ 'ਚੋਂ ਅਸੀਂ ਇਹ ਆਊਟਰ ਕੱਟਿਆ ਕਿ ਇਹ ਤੁਸੀਂ ਅਗਰ ਉੱਤੋਂ ਵੇਖੋ ਨਾ ਤਾਂ ਬਕਾਇਦਾ ਜਿਹੜੇ 10 ਪੀਸ ਇੱਕ ਟਾਈਮ 'ਚ ਨਿਕਲ ਆਏ ਫਿਰ ਇਹਨੂੰ ਬਕਾਇਦਾ ਅਸੀਂ ਇਹਨੂੰ ਡਾਇਰੈਕਸ਼ਨ ਚੇਂਜ ਕਰਨ ਤੋਂ ਬਾਅਦ ਇਹਦਾ ਬਕਾਇਦਾ ਸਾਈਜ਼ ਐਕੋਰੇਟ ਜਿੰਨਾ ਹੋਣਾ ਚਾਹੀਦਾ ਅਸੀਂ ਸਾਈਜ਼ ਕਨਫਰਮ ਕਰਕੇ ਇਹਦੀ ਕਟਿੰਗ ਸ਼ੁਰੂ ਕੀਤੀ ਫਿਰ ਉਹਦੇ ਬਾਅਦ ਅਸੀਂ ਅਲੱਗਾ ਕੰਮ ਸ਼ੁਰੂ ਕੀਤਾ ਜਿਹੜਾ ਮੇਲ ਅਤੇ ਫੀਮੇਲ ਦਾ ਮਤਲਬ ਇਹ 7-8 ਪੀਸ ਜਿਹੜੇ ਨੇ 1 ਘੰਟੇ ਦੇ ਵਿੱਚ ਤਿਆਰ ਹੋਏ ਨੇ ਪੂਰੀ ਹੈ ਉਹਦਾ ਤਕਰੀਬਨ ਕੋਈ 1.5 ਘੰਟਾ ਲੱਗ ਗਿਆ ਸੀ 1-1.5 ਘੰਟਾ ਅਤੇ ਲੇਕਿਨ ਇਹ ਕਿੱਡੀ ਕੋਈ ਮੋਟੀ ਲੋਹੇ ਦੀ ਪੀਸ ਜਾਂ ਕੋਈ ਐਸਾ ਕੋਈ ਕਿੰਨਾ ਕੁ ਮੋਟਾ ਲੋਹਾ ਕੱਟ ਸਕਦੀ ਹੈ ਇਹਦੀ ਹਾਈਟ ਦਾ ਤੁਸੀਂ ਵੇਖੋ ਨਾ ਹਾਂਜੀ 400 mm ਤੱਕ ਜਿਹੜਾ ਨਾ ਤਕਰੀਬਨ ਕੋਈ 1.5 ਫੁੱਟ ਤੱਕ 1.5 ਫੁੱਟ ਤੱਕ
16 इंच तक तकरीबन असी लंबा जॉब बन सकते हैं। हाइट दे विच तकरीबन कोई 1.5 फुट तक फुटा लगा है। हाँ जी नहीं माशाल्लाह बड़ी हुई है। पिछले सेंसर ने यह ड्रम नू कंट्रोल कर रहे हैं। एक दफा सज्जे जाएगी एक पास खब्बे जाएगी। अगर इन असी ये ला देने वायर साड़ी टुट भी सकती है आउट ऑफ कंट्रोल भी हो जाएगी। मतलब ये ड्रम दी सेटिंग। हाँ जी यह सेंसर ने दोवें आई इन कंट्रोल कर रहे ड्रम नू। क्यों यह मोटर लगी है जी इनू स्पिंडल नू पवा रही है। वो अगर देखोगे तो वे कटिंग आयल का जरा कूलेंट का एक ड्रम बनया था ए मोटर लगी थी। बैड का जरा बैड का जरा कटिंग आयल है ना वो सारा दिन आ रहा फिर रिसाइकल होकर उपर आएगा। ए देखो सारा पानी जरा ये फिर उत्ते जाएगा। बिल्कुल ए तुम वेख रहे हो कि यह जी ना जेड की मूवमेंट है। यह जरा साड़ा आर्म है ना यह वाला इनू कंट्रोल करने उत्ते थले कंपनी के नाल मोटर ला के दी है। यह मैनुअल भी होती है लेकिन यह जी मोटर वाली है। जी व्यूअर्स तुम देखा वायर कट मशीन किस तरह काम करती है और कितू कितू इन छेड़ते हैं तो सारा हिसाब किताब चलता है। इंशाल्लाह तुहानू ये चेंज करना और इनू किस तरह पूरा ऑपरेट कर देने वो इंशाल्लाह नेक्स्ट वीडियो च मैं तुहानू दिखावांगा। तो अगली नवी वीडियो तक तुसी मैनू अपने मेज़बान दिओ इजाज़त। अल्लाह हाफिज़।